देखे मेरे पुत्र ये आई चला जा लत सारी जड़ी अई हेठ उतर करने अई करने आई आगे लंबे करने अरे आवे न आ सही दर्द होंगी आ सारी इतने सही ये आ लत दे भी इतने हेठ आ जड़ा चूकना ना आ लत आला हेठला पासा ये नहीं हल्ला नहीं माड़ा जो उतर करने तो बाका निकल दिया सो सही आ जड़ा आ सां आ जड़ा सारा आ जड़ा थां आ ते आ लत्तां जिहड़ियां ने ये अई कंबण हो जांदियां ने मतलब इक झटका वजदा हथां नूं वजण हो गई आ बबा नू हाँ उन्हें गोडे से जाना झटका मुड़े आगा इतने फाते आगा कुछ करने ते ये जरा ने इनका मसला आ जरा ने ये ऐस तू हेठ हेठ जरा ने पेट ही सही तू आ जरा ये सारा मतलब दर्द हेठले पास दर्द है इनू हड्डियां दे सारे हेठले पास हड्डियां जड़ियां ने वह भी चारों पास चूकने दे यही मसला हाँ जी हाँ जी इस नहीं हुई हल्की काम हुई है काम होंगी पी है ਹੁੰਦੀ ਪਈ ਹੈ ਤੇ ਜਿਹੜਾ ਪੇਂਡੂ ਫੁੱਲ ਆਇਆ ਸੀ ਉਹ ਪੇਂਡੂ ਚੋਂ ਫੁੱਲ ਆਇਆ ਦਰਦ ਕੋਈ ਕੋਈ ਨਹੀਂ ਆਇਆ ਪੇਂਡੂ ਚੋਂ ਦਰਦ ਕੋਈ ਨਹੀਂ ਪਿਸ਼ਾਬ ਵਾਲੀ ਨਾਲੀ ਲੱਗੀ ਹੈ ਨਾ ਫਿਰ ਉਹਦੀ ਤਕਲੀਫ ਹੋਈ ਸ਼ੁਰੂ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਲੱਕ ਵਾਲਾ ਦਰਦ ਹੈ ਉਹ ਕਿੰਨੇ ਪਰਸੈਂਟ ਕੰਮ ਹੋਇਆ ਹੈ ਲੱਕ ਵਾਲਾ ਦਰਦ ਜਿਹੜਾ ਤੇਰਾ ਹੈਗਾ ਤੇਰੇ ਲੱਕ ਨੂੰ ਦਰਦ ਹੈਗਾ ਉਹ ਕਿੰਨਾ ਕੁ ਘਟਾ ਹੈ गोडे चली गई दर्द इथो निकल के ना गोडे चली गई सजी लात दे गोडे गोडे चली गई है ठीक हो गया उस बाद दूसरा दसो झटके अगे किन्नी किन्नी देर बाद लगता है हुण किन्नी देर बाद लगता है ਹੁਣ ਤਾਂ ਤਕਰੀਬਨ 2-3 ਘੰਟਾ ਬਾਅਦ ਕੋਈ ਹਲਕਾ ਜਿਹਾ ਝਟਕਾ ਲੱਗਦਾ ਹੈ ਪਹਿਲੇ ਤਾਂ ਬੜੇ ਝਟਕੇ ਲੱਗਦੇ ਹੈ ਪਹਿਲੇ ਬੜੇ ਝਟਕੇ ਲੱਗਦੇ ਹੈ ਦੂਸਰਾ ਅੱਗੇ ਇਹ ਲੱਤ ਸਿੱਧੀ ਨਹੀਂ ਕਰ ਸਕਦਾ ਹੈ ਨਾ ਮੋੜ ਸਕਦਾ ਹੈ ਜਾਂ ਸਿੱਧੀ ਜਾਂ ਮੋੜ ਕਰਦਾ ਹੈ ਤਾਂ ਦਰਦ ਹੁੰਦਾ ਹੈ ਹੁਣ ਹੁਣ ਜਦੋਂ ਦਰਦ ਹਟਾ ਲੱਤ ਪਿਛੇ ਹਟਾਉਣਾ ਆਦੇ ਆਸਰੇ ਨਾਲ ਕਿੰਨੀ ਕੁ ਦਰਦ ਹੁੰਦੀ ਤੈਨੂੰ ਹੌਲੀ ਹੌਲੀ ਅੱਜ ਲੱਤ ਨੂੰ ਆਪ ਆਸਰਾ ਕਰ ਸਕਦਾ ਸੱਜੀ ਉਹ ਕਹਿ ਰਹੇ ਨੇ ਕਿ ਹੁਣ ਅੱਗੇ ਜਾਣੀ ਕਿ ਮੈਂ ਨਹੀਂ ਕਰ ਸਕਦਾ ਸੀ ਹੁਣ ਮੈਂ ਆਪਣੀ ਲੱਤ ਨੂੰ ਆਪ ਆਸਰਾ ਕਰਨਾ ਪਿੱਛੇ ਹਟਾਉਣਾ ਤੇ ਬਸ ਦਰਦ ਹੁੰਦੀ ਹੈ ਥੋੜੀ ਜਿਹੀ ਠੀਕ ਹੈ ਅੱਛਾ ਉਸ ਤੋਂ ਇਲਾਵਾ ਖਾਣਾ ਪੀਣਾ ਕਿਵੇਂ ਰਿਹਾ ਹੈ ਅੱਜ ਕੱਲ੍ਹ ਨਾਲੋਂ ਅੱਜ ਕੋਈ ਵੱਲ ਰਿਹਾ ਕਿ ਉਵੇਂ ਹੀ ਰਿਹਾ ਨਹੀਂ ਖਾਣਾ ਪੀਣਾ ਤਾਂ ਮਾਸ਼ਾਅੱਲਾ ਠੀਕ ਪਿਆ ਭੁੱਖ ਵੀ ਲੱਗਦੀ ਪਈ ਉਹਨੂੰ ਠੀਕ ਹੈ ਹਾਂਜੀ ਤੇ ਉਹ ਕਹਿੰਦਾ ਜਿਹੜੀ ਦਵਾਈ ਮੈਂ ਖਾਂਦਾ ਪਿਆ ਖਾਧੀ ਹੈ ਨਾ ਉਹਦੇ ਨਾਲ ਮੇਰਾ ਨਾ ਅੰਦਰ ਵੜਿੰਦਾ ਪਿਆ ਕੀ ਹੁੰਦਾ ਹੈ ਕੀ ਹੁੰਦਾ ਹੈ ਅੰਦਰ ਖਾਰਜ ਪੈਂਦਾ ਹੈ ਕੀ ਹੁੰਦਾ ਹੈ ਕੀ ਹੁੰਦਾ ਮਸਲਾ ਸਭੀ ਹੋਰ ਬਾਈ ਮੈਂ ਜਿਵੇਂ ਅੰਦਰੂ ਯਾਨੀ ਕਿ ਇਹ ਲੱਗਦਾ ਵੀ ਹਾਂ दवाई खादी हुण कोई उम्मीद लगी है ठीक होवण दी कि नहीं ए जी दवाई खादी है ते जेड़ी पेट वाली आफत जेही आई ना जी ओ भी ਹੁਣ ਕੋਈ ਨਹੀਂ ਠੀਕ ਹੈ ਤੇ ਹੁਣ ਕਿਤੇ ਕਿਤੇ ਦਰਦ ਹੁੰਦਾ ਏ ਮਤਲਬ ਇਹ ਨਾਲਾ ਮਣੇ ਜਾਂ ਇੱਦੇ ਹੀ ਅੱਜ ਦੇ ਕੋਈ ਨਹੀਂ ਉਹ ਖੋ ਪਈ ਜਾਂਦੀ ਹੈ ਕਲੇ ਨੂੰ ਅੱਛਾ ਹਾਂ ਹੋਰ ਕੋਈ ਨਹੀਂ ਹੋੜ ਤੂੰ ਮਹਿਸੂਸ ਕੀ ਕਰਦੇ ਹੋ ਵੀ ਕੱਲ ਨਾਲ ਤਬੀਅਤ ਬਿਹਤਰ ਮਹਿਸੂਸ ਕਰਦੇ ਹੋ ਕਿ ਕਮਜ਼ੋਰ ਮਹਿਸੂਸ ਕਰਦੇ ਹੋ ਕੀ ਮਹਿਸੂਸ ਕਰਦੇ ਹੋ ਬਿਹਤਰ ਕਰਨੇ ਆ ਬਿਹਤਰ ਕਰਦੇ ਜੇ ਠੀਕ ਹੈ अच्छा और इस अलावा कोई मसला कोई परेशानी कोई टेंशन कोई डर कोई खौफ कोई डर नहीं कोई खौफ नहीं तो जेडी आगे माई आ जांदी है कोल ते ओ तन्नू तंग करदी है यो ओ लाल यो आज दे आवन दा टाइम है अच्छा हां ओ दिन नु आंदी है दिन नु आ गई रात नु आ गई आज रात ही आई कोनी कोई नहीं ठीक है चलो ठीक है फिर वेखने अल्लाह खैर सर जी इंशाल्लाह ठीक हो जासीगा भी मसला थोड़ा ठीक है ना जी ठीक है जी ते आ हुन जेड़े आ माड़े मोटे झटके लगदे नहीं नांदा इन नांदा ए में करो भी जेड़ा ना शरबत शरबत पहन ना तेरे कोल जी पहन है तेन शरबत है के ने तेन शरबत है ना
ਉਹ ਕਿਹੜੇ ਕਿਹੜੇ ਨੇ ਭਲਾ? ਇੱਕ ਹੈਗਾ 1, ਇੱਕ ਹੈਗਾ 2 ਤੇ ਇੱਕ ਦੇ ਉੱਤੇ ਵੈਸੇ ਲਿਖਿਆ ਹੋਇਆ ਆ ਕੋਈ ਦੱਸੋ। ਆ ਜਿਹੜਾ ਵਨ ਵਾਲਾ ਨਾ, ਵਨ ਵਾਲਾ ਹਾਂਜੀ ਹਾਂਜੀ ਉਹਦੀ ਇੱਕ ਚਮਚੀ ਹੁਣ ਦੇ ਦਿਓ ਇਹਨੂੰ, ਠੀਕ ਹੈ ਨਾ? ਅੱਛਾ ਹਾਂ ਠੀਕ ਹੋ ਗਿਆ, ਠੀਕ ਹੋ ਗਿਆ। ਤੇ ਅੱਲਾ ਖੈਰ ਕਰਤੇ ਇਨਸ਼ਾਅੱਲਾ ਮਸਲਾ ਤੁਹਾਡਾ ਠੀਕ ਹੋ ਗਿਆ ਸੀ। ਚਲੋ ਅੱਲਾ ਪਾਕ ਤੰਦਰੁਸਤੀ ਦੇਵੇ ਜੀ। ਇਹ ਵਨ ਵਿੱਚ ਦੇਣੀ ਇੱਕ ਚਮਚੀ? ਵਨ ਚ ਦੇਣੀ ਹੈ ਬਸ ਇੱਕ ਚਮਚੀ, ਉਵੇਂ ਹਾਲਾਤ ਜਿਵੇਂ ਕੱਲ ਦਾ ਦੱਸਿਆ ਹੈ ਨਾ ਉਵੇਂ ਜੀ। ਤੇ ਐਵੇਂ ਹੀ ਤਫਸੀਲ ਨਾਲ ਮੈਨੂੰ ਸ਼ਾਮ ਨੂੰ ਫਿਰ ਗੱਲ ਕਰਾਣੀ ਹੈ ਮਰੀਜ਼ ਦੇ ਨਾਲ 8-9 ਵਜੇ, ਠੀਕ ਹੋ ਗਿਆ? ਠੀਕ ਹੈ, ਫਿਰ ਮੈਂ ਦੱਸਾਂਗਾ ਸ਼ਾਮੀ ਦਵਾਈ ਦੇਣੀ ਕਿ ਨਹੀਂ ਦੇਣੀ, ਠੀਕ ਹੋ ਗਿਆ? ਠੀਕ ਹੈ, ਅੱਲਾ ਖੈਰ ਕਰਸੇ ਇਨਸ਼ਾਅੱਲਾ ਕੱਲ ਪਰਸੋਂ ਤੇ ਮਰੀਜ਼ ਤੁਹਾਡਾ ਠੀਕ ਹੋ ਜਾਸੀ ਅੱਲਾ ਕਰੇ ਇਨਸ਼ਾਅੱਲਾ ਜੀ, ਠੀਕ ਹੋ ਗਿਆ ਜੀ, ਮਿਹਰਬਾਨੀ, ਠੀਕ ਹੋ ਗਿਆ। ਮੈਂ ਉਸ ਨੂੰ ਚੀਜ਼ ਨਹੀਂ ਦੇ